ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਦੀ ਫਤਿਹ। ਇਸ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਗੱਲ ਕਰਾਂਗੇ ਜਿਨ੍ਹਾਂ ਗੁਰਦੁਆਰਿਆਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ। ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ। 25 ਜਨਵਰੀ 1952 ਤੋਂ 1947 ਨੂੰ ਭਾਰਤ ਪਾਕਿਸਤਾਨ ਬਣਿਆ, ਕਿਸੇ ਲਈ ਨਵਾਂ ਘਰ ਬਣਿਆ ਤੇ ਕੋਈ ਆਜ਼ਾਦ ਹੋਇਆ, ਪਰ ਇਸ ਚੱਕੀ 'ਚ ਸਿੱਖ ਬੁਰੀ ਤਰ੍ਹਾਂ ਫਿੱਸੇ ਗਏ। ਜਿੱਥੇ ਆਪਣੇ ਵਸੇ ਵਸਾਏ ਘਰ, ਫਸਲਾਂ, ਮਾਲ, ਡੰਗਰ, ਪੁਰਖਿਆਂ ਦੇ ਪਿੰਡ ਛੱਡੇ, ਹਜ਼ਾਰਾਂ ਜਾਨਾਂ ਗਈਆਂ, ਇੱਜ਼ਤਾਂ ਬੇਪੱਤ ਹੋਈਆਂ, ਉੱਥੇ ਇੱਕ ਵੱਡਾ ਭਾਰੀ ਸੰਤਾਪ ਜੋ ਪੰਥ ਨੇ ਚੱਲਿਆ, ਉਹ ਹੈ ਗੁਰੂ ਘਰਾਂ ਤੋਂ ਵਿਛੋੜਾ। ਜਿਨ੍ਹਾਂ ਗੁਰੂ ਸਥਾਨਾਂ ਦੇ ਲਈ ਥੋੜ੍ਹਾ ਸਮਾਂ ਪਹਿਲਾਂ ਹੀ ਨਰੈਣੂ ਵਰਗੇ ਦੁਸ਼ਟਾਂ ਤੋਂ ਆਜ਼ਾਦ ਕਰਾਉਂਦਿਆਂ ਸੈਂਕੜੇ ਸ਼ਹੀਦੀਆਂ ਹੋਈਆਂ, ਜੰਡਾਂ ਨਾਲ ਬੰਨ ਕੇ ਸਾੜੇ, ਰੇਲਾਂ ਦੇ ਅੱਗੇ ਪੈ ਕੇ ਲੰਗਰ ਛਕਾਈ, ਪੰਜਾ ਸਾਹਿਬ, ਚੂਨਾ ਮੰਡੀ, ਲਾਹੌਰ, ਗੁਰੂ ਰਾਮਦਾਸ ਜੀ ਦਾ ਜਨਮ ਸਥਾਨ, ਪੰਜਵੇਂ ਪਾਤਸ਼ਾਹ ਜੀ ਦਾ ਸ਼ਹੀਦੀ ਅਸਥਾਨ, ਸਿੰਘਣੀਆਂ ਦੇ ਸ਼ਹੀਦੀ ਅਸਥਾਨ, ਮੁਲਤਾਨ ਦੇ ਗੁਰੂ ਘਰ, ਏਮਨਾਬਾਦ ਦੇ ਗੁਰੂ ਘਰ, ਜਨਮ ਸਥਾਨ ਖਾਲਸੇ ਦੀ ਮਾਤਾ ਮਾਤਾ ਸਾਹਿਬ ਕੌਰ ਜੀ, ਜਿੱਥੇ ਗੁਰੂ ਨਾਨਕ ਬਾਬੇ ਨੇ ਆਪ ਹਲ ਵਾਹਿਆ, ਉਹ ਕਰਤਾਰਪੁਰ ਸਾਹਿਬ, ਗੁਰੂ ਨਾਨਕ ਬਾਬੇ ਦਾ ਜਨਮ ਸਥਾਨ ਨਨਕਾਣਾ ਸਾਹਿਬ ਤੇ ਉਸ ਦੇ ਨਾਲ ਹੋਰ ਗੁਰੂ ਸਥਾਨ ਜਿੱਥੇ ਬਾਬੇ ਨੇ ਡੰਗਰ ਚਾਰੇ। ਬਚਪਨ 'ਚ ਕੌਤਕ ਕੀਤੇ ਸੱਪਾਂ ਨੇ ਛਾਵਾਂ ਕੀਤੀਆਂ, ਪਾਧੇ ਨੂੰ ਪੜ੍ਹਾਇਆ ਆਦਿਕ ਸਭ ਵਿਛੜ ਗਈ। ਸਿੱਖ ਸਰਦਾਰਾਂ ਦੀਆਂ ਹਵੇਲੀਆਂ, ਸਰਦਾਰ ਨਲੂਆ ਜੀ ਦਾ ਘਰ, ਹੋਰ ਸਰਦਾਰਾਂ ਦੀਆਂ ਸਮਾਧਾਂ ਸਭ ਨੇੜੇ ਹੁੰਦਿਆਂ ਹੋਏ ਵੀ ਦੂਰ ਹੋ ਗਈ। ਇਹ ਪੀੜ ਨਾ ਝੱਲਦਿਆਂ ਪਿਆਰ ਵਾਲਿਆਂ ਦੇ ਹਿਰਦੇ 'ਚੋਂ ਹੋਕ ਨਿਕਲੀ ਅਤੇ 25 ਜਨਵਰੀ 1952 ਨੂੰ ਗੁਰੂ ਚਰਨਾਂ 'ਚ ਅਰਦਾਸ ਦੇ ਨਾਲ ਸ਼ਬਦ ਜੋੜੇ ਗਏ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ। ਸਤਿਗੁਰੂ ਮਿਹਰਾ ਕਰੇ, ਇਹ ਅਰਦਾਸ ਪ੍ਰਵਾਨ ਕਰੇ, ਵਿਛੜੇ ਮਿਲ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਦੀ ਫਤਿਹ।